ਰੱਬ ਨੂੰ ਯਾਦ ਕਰਦੇ ਹੋਏ ਬਿਨਾਂ ਸਮਾਂ ਗਵਾਏ ਸ਼ੁਰੂ ਕਰਦੇ ਹਾਂ ਵਿਸਾਖੀ ਕੁਇਜ਼। ਪਹਿਲਾ ਸਵਾਲ, ਅੰਗਰੇਜ਼ੀ ਕੈਲੰਡਰ ਦੀ 13 ਜਾਂ 14 ਤਰੀਕ ਨੂੰ ਵਿਸਾਖੀ ਤੋਂ ਇਲਾਵਾ ਕਿਹੜਾ ਤਿਉਹਾਰ ਹੁੰਦਾ? 5 ਸਕਿੰਟ ਦੇਵਾਂਗੇ ਜੀ ਜਵਾਬ ਦੇਣ ਲਈ। ਸਹੀ ਜਵਾਬ ਹੈ ਜੀ ਮਾਘੀ। ਦੂਜਾ ਸਵਾਲ, ਵਿਸਾਖੀ ਵੇਲੇ ਕਿਹੜੀ ਫਸਲ ਦੀ ਕਟਾਈ ਚੱਲਦੀ ਹੈ? ਪੌਜ ਕਰ ਸਕਦੇ ਹੋ ਜੇਕਰ ਤੁਹਾਨੂੰ ਹੋਰ ਸਮਾਂ ਚਾਹੀਦਾ ਹੈ ਤਾਂ। ਸਹੀ ਜਵਾਬ ਹੈ ਜੀ ਹਾੜੀ ਦੀ ਫਸਲ ਦੀ, ਜਿਸ ਵਿੱਚ ਮੁੱਖ ਤੌਰ 'ਤੇ ਕਣਕ ਦੀ ਫਸਲ ਹੈ। ਤੀਜਾ ਸਵਾਲ, ਪੰਜਾਂ ਪਿਆਰਿਆਂ ਤੋਂ ਬਾਅਦ ਸੀਸ ਭੇਂਟ ਕਰਨ ਆਏ ਹੋਰ 5 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਹੜਾ ਖਿਤਾਬ ਦਿੱਤਾ ਗਿਆ? ਉਹ ਖਿਤਾਬ ਸੀ ਜੀ 5 ਬੀਰ। ਚੌਥਾ ਸਵਾਲ, ਛੋਲੇ ਕਣਕ ਰਲਾ ਕੇ ਬੀਜੇ ਜਾਂਦੇ ਨੇ ਜੀ ਅਕਸਰ, ਪੁਰਾਣੇ ਸਮੇਂ 'ਚ ਦੇਖਿਆ ਜਾਵੇ ਤਾਂ ਛੋਲੇ ਦੇ ਕਣਕ ਰਲਾ ਕੇ ਬੀਜਦੇ ਸਨ, ਉਸ ਦਾ ਮੀਂਹ ਦੇ ਨਾਲ ਕੀ ਸੰਬੰਧ ਹੈ? ਸਹੀ ਜਵਾਬ ਇਹ ਹੈ ਜੀ ਕਿ ਛੋਲੇ ਥੋੜ੍ਹੇ ਪਾਣੀ ਦੇ ਨਾਲ ਹੀ ਹੋ ਜਾਂਦੇ ਹਨ, ਇਸ ਕਰਕੇ ਰਲਾ ਕੇ ਬੀਜੇ ਜਾਂਦੇ ਸਨ ਕਿ ਜੇਕਰ ਮੀਂਹ ਠੀਕ ਠਾਕ ਪੈ ਗਿਆ ਫਿਰ ਤਾਂ ਕਣਕ ਵਧੀਆ ਹੋ ਜਾਵੇਗੀ, ਅਤੇ ਜੇਕਰ ਘੱਟ ਪਿਆ ਤਾਂ ਘੱਟੋ ਘੱਟ ਛੋਲੇ ਤਾਂ ਹੋ ਹੀ ਜਾਣਗੇ। ਪੰਜਵਾਂ ਸਵਾਲ, ਪੰਜਾਂ ਪਿਆਰਿਆਂ ਵਿੱਚੋਂ ਲਹਿੰਦੇ ਪੰਜਾਬ ਤੋਂ ਯਾਨੀ ਕਿ ਪਾਕਿਸਤਾਨੀ ਪੰਜਾਬ ਤੋਂ ਕਿੰਨੇ ਪਿਆਰੇ ਸਨ? ਸਹੀ ਜਵਾਬ ਹੈ ਜੀ 1, ਭਾਈ ਦਇਆ ਸਿੰਘ ਜੀ ਲਾਹੌਰ ਤੋਂ ਸਨ। ਅਗਲਾ ਸਵਾਲ, ਹਰ ਸੰਗਰਾਂਦ ਵਾਲੇ ਦਿਨ ਖਾਸ ਤੌਰ 'ਤੇ ਕਿਹੜੀ ਬਾਣੀ ਦਾ ਪਾਠ ਗੁਰਦੁਆਰਾ ਸਾਹਿਬ ਹੁੰਦਾ ਹੈ? ਸਹੀ ਜਵਾਬ ਹੈ ਜੀ 12 ਮਹਾ। ਸੱਤਵਾਂ ਸਵਾਲ, ਵਿਸਾਖ ਦਾ ਮਹੀਨਾ ਕਿਹੜੇ ਅੰਗਰੇਜ਼ੀ ਮਹੀਨੇ 'ਚ ਖਤਮ ਹੁੰਦਾ ਹੈ? ਸਵਾਲ ਦੁਬਾਰਾ ਸੁਣਿਓ, ਵਿਸਾਖ ਦਾ ਮਹੀਨਾ ਕਿਹੜੇ ਅੰਗਰੇਜ਼ੀ ਮਹੀਨੇ 'ਚ ਖਤਮ ਹੁੰਦਾ ਹੈ? ਸਹੀ ਜਵਾਬ ਹੈ ਜੀ ਮਈ। ਤੁਸੀਂ ਵੀਡੀਓ ਪੌਜ ਕਰਕੇ ਨਾਲ ਦੀ ਨਾਲ ਕਮੈਂਟ ਕਰਦੇ ਹੋ ਫਿਰ ਤਾਂ ਦਾਸ ਨੂੰ ਹੋਰ ਵਧੀਆ ਲੱਗੇਗਾ ਜੀ। ਅੱਠਵਾਂ ਸਵਾਲ, ਕਿਹੜੇ ਸਾਲ ਵਿਸਾਖੀ ਨੂੰ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ? ਸਹੀ ਜਵਾਬ ਹੈ ਜੀ 1919। ਅਗਲਾ ਸਵਾਲ, ਖਾਲਸੇ ਦੀ ਸਾਜਨਾ ਕਿੰਨੀ ਮਾਰਚ ਨੂੰ ਹੋਈ? ਖਾਲਸੇ ਦੀ ਸਾਜਨਾ ਕਿੰਨੀ ਮਾਰਚ ਨੂੰ ਹੋਈ? ਸਹੀ ਜਵਾਬ ਹੈ ਜੀ 30 ਮਾਰਚ। ਹੁਣ ਤੁਹਾਡੇ 'ਚੋਂ ਹੋ ਸਕਦਾ ਕਿਸੇ ਦਾ ਵਿਚਾਰ ਹੋਵੇ ਕਿ ਵਿਸਾਖੀ ਤਾਂ 13 ਅਪ੍ਰੈਲ ਨੂੰ ਹੁੰਦੀ ਹੈ, ਪਰ ਹੌਲੀ ਹੌਲੀ ਇਹ ਡੇਟਸ ਅੱਗੇ ਵੱਧਦੀਆਂ ਜਾ ਰਹੀਆਂ ਨੇ ਜੀ। 1699 ਨੂੰ 30 ਮਾਰਚ ਨੂੰ ਵਿਸਾਖੀ ਸੀ, ਇਸ ਤੋਂ ਬਾਅਦ 'ਚ 31 ਮਾਰਚ, 1 ਮਾਰਚ, 2 ਅਪ੍ਰੈਲ, 1 ਅਪ੍ਰੈਲ, 2 ਅਪ੍ਰੈਲ ਤੱਕ ਆਉਂਦੀ ਰਹੀ, ਫਿਰ ਇਸ ਤੋਂ ਬਾਅਦ 11 ਦਿਨਾਂ ਦਾ ਇਜਾਫਾ ਕੀਤਾ ਗਿਆ ਜੀ ਇੰਡੀਅਨ ਅੰਗਰੇਜ਼ੀ ਕੈਲੰਡਰ ਦੇ ਵਿੱਚ, ਜਿਸ ਕਰਕੇ ਵਿਸਾਖੀ 12 ਅਪ੍ਰੈਲ, 13 ਅਪ੍ਰੈਲ, ਉਸ ਤੋਂ ਬਾਅਦ 13 ਅਪ੍ਰੈਲ, 14 ਅਪ੍ਰੈਲ ਨੂੰ ਆਉਣ ਲੱਗ ਗਈ। ਦਸਵਾਂ ਸਵਾਲ, ਜਦੋਂ ਪਹਿਲੀ ਵਾਰ ਅੰਮ੍ਰਿਤ ਸੰਚਾਰ ਹੋਇਆ ਤਾਂ ਪਤਾਸੇ ਕਿੰਨਾ ਵੱਲੋਂ ਪਾਏ ਗਏ? ਜੋ ਬਾਟਾ ਸੀ ਉਹਦੇ ਵਿੱਚ ਪਤਾਸੇ ਕਿੰਨਾ ਵੱਲੋਂ ਪਾਏ ਗਏ? ਸਹੀ ਜਵਾਬ ਹੈ ਜੀ ਮਾਤਾ ਅਜੀਤ ਕੌਰ ਜੀ। ਜੇਕਰ ਤੁਹਾਡਾ ਵਿਚਾਰ ਮਾਤਾ ਸਾਹਿਬ ਕੌਰ ਜੀ ਸੀ ਤਾਂ ਜਵਾਬ ਗਲਤ ਸੀ ਜੀ।
ਅਗਲਾ ਸਵਾਲ, ਇਸ ਵਾਰ ਵਿਸਾਖ ਮਹੀਨਾ ਕਿੰਨੇ ਦਿਨਾਂ ਦਾ ਹੈ? ਜੇਕਰ ਤੁਹਾਨੂੰ ਜਵਾਬ ਪਤਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਦੇਸੀ ਮਹੀਨਿਆਂ ਬਾਰੇ ਜਾਣਦੇ ਹੋ। ਸਹੀ ਜਵਾਬ ਹੈ ਜੀ 31 ਦਿਨ। 12ਵਾਂ ਸਵਾਲ ਇਤਿਹਾਸ ਬਾਰੇ, 12 ਅਪ੍ਰੈਲ ਤਰੀਕ ਸੀ ਜੀ ਕਿਸ ਅੰਗਰੇਜ਼ੀ ਸਾਲ ਦੀ ਜਦੋਂ ਰਣਜੀਤ ਸਿੰਘ ਨੂੰ ਮਹਾਰਾਜਾ ਐਲਾਨਿਆ ਗਿਆ, ਯਾਨੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਹਾਰਾਜਾ ਖਿਤਾਬ ਹਾਸਲ ਕੀਤਾ? ਸਹੀ ਜਵਾਬ ਹੈ ਜੀ 1801। ਲਓ ਜੀ ਦਰਸ਼ਕੋ, ਹੁਣ ਅਗਲੇ 5 ਸਵਾਲ ਔਖੇ ਹੋਣ ਜਾ ਰਹੇ ਨੇ। 13ਵਾਂ ਸਵਾਲ, ਵਿਸਾਖੀ ਵਾਲੇ ਦਿਨ ਮੰਨਿਆ ਜਾਂਦਾ ਜੀ ਕਿ ਸਵਰਗ ਤੋਂ ਇੱਕ ਨਦੀ, ਜਿਹਨਾਂ ਨੂੰ ਦੇਵੀ ਵੀ ਕਿਹਾ ਜਾਂਦਾ, ਧਰਤੀ 'ਤੇ ਆਈ, ਅਤੇ ਉਸ ਨਦੀ ਦਾ ਨਾਮ ਕੀ ਹੈ? ਸਹੀ ਜਵਾਬ ਹੈ ਜੀ ਗੰਗਾ। ਅਗਲਾ ਸਵਾਲ, ਪੰਜਾਬ ਦਾ ਹੀ ਇੱਕ ਹਿੱਸਾ ਹੁੰਦਾ ਸੀ ਜਿਸ ਨੂੰ ਅੱਜ ਕੱਲ੍ਹ ਹਰਿਆਣਾ ਕਹਿੰਦੇ ਨੇ, ਹਰਿਆਣਾ ਦੇ ਵਿੱਚ ਬਾਣ ਗੰਗਾ ਤੀਰਥ ਹੈ ਜੀ ਜਿੱਥੇ ਕਿ ਵਿਸਾਖੀ ਮਨਾਈ ਜਾਂਦੀ ਹੈ, ਉਸ ਦਾ ਸੰਬੰਧ ਕਿਸ ਨਾਲ ਹੈ? ਸਹੀ ਜਵਾਬ ਹੈ ਜੀ ਅਰਜੁਨ ਨਾਲ। ਅਗਲਾ ਸਵਾਲ, ਵਿਸਾਖੀ 'ਤੇ ਮੇਲੇ ਲੱਗਦੇ ਨੇ ਅਤੇ ਮੇਲਿਆਂ ਦੇ ਵਿੱਚ ਕਈ ਵਾਰ ਬਲਦਾਂ ਦੀਆਂ ਗੱਡੀਆਂ ਦੀਆਂ ਦੌੜਾਂ ਵੀ ਹੁੰਦੀਆਂ ਨੇ ਜੀ, ਉਹ ਜੋ ਬਲਦਾਂ ਦੀਆਂ ਗੱਡੀਆਂ ਭਜਾਈਆਂ ਜਾਂਦੀਆਂ ਨੇ ਉਸ ਦੇ ਲਈ ਇੱਕ 3 ਅੱਖਰਾਂ ਵਾਲਾ ਸ਼ਬਦ ਵੀ ਹੈ, ਉਸ ਸ਼ਬਦ ਦਾ ਨਾਮ ਕੀ ਹੈ? ਸਹੀ ਜਵਾਬ ਹੈ ਜੀ ਠੋਕਰ। ਅਗਲਾ ਸਵਾਲ, 2 ਤਰੀਕੇ ਦੀਆਂ ਫਸਲਾਂ ਹੁੰਦੀਆਂ ਨੇ ਜੀ, ਰੱਬੀ ਅਤੇ ਖਰੀਫ, ਇਹਨਾਂ ਦੋਹਾਂ ਦਾ ਮਤਲਬ ਕੀ ਹੈ? ਸਹੀ ਜਵਾਬ ਹੈ ਜੀ ਰੱਬੀ ਹਾੜੀ ਦੀ ਫਸਲ ਨੂੰ ਕਹਿੰਦੇ ਨੇ ਜੀ, ਅਤੇ ਖਰੀਫ ਸਾਉਣੀ ਦੀ ਫਸਲ ਨੂੰ ਕਿਹਾ ਜਾਂਦਾ ਹੈ। 17ਵਾਂ ਸਵਾਲ ਹੈ ਜੀ, ਸੂਰਜ ਇੱਕ ਵਿਸਾਖ ਵਾਲੇ ਦਿਨ ਕਿਹੜੀ ਰਾਸ਼ੀ ਵਿੱਚ ਦਾਖਲ ਹੁੰਦਾ ਹੈ? 12 ਰਾਸ਼ੀਆਂ ਗਿਣੀਆਂ ਜਾਂਦੀਆਂ ਨੇ ਜੀ, ਇੱਕ ਵਿਸਾਖ ਵਾਲੇ ਦਿਨ ਸੂਰਜ ਕਿਹੜੀ ਰਾਸ਼ੀ ਵਿੱਚ ਦਾਖਲ ਹੁੰਦਾ ਹੈ? ਸਹੀ ਜਵਾਬ ਹੈ ਜੀ ਮੇਸ਼ ਰਾਸ਼ੀ। 18ਵਾਂ ਸਵਾਲ, ਜੰਮੂ ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ ਵਿਸਾਖੀ ਦੇ ਲਈ ਇੱਕ ਹੋਰ ਨਾਮ ਵੀ ਪ੍ਰਚਲਿਤ ਹੈ, ਉਹ ਨਾਮ ਕੀ ਹੈ? ਸਹੀ ਜਵਾਬ ਹੈ ਜੀ, ਉਹ ਹੈ ਨਾਮ ਹੈ ਬਸੋਆ, BASOA, ਬਸੋਆ, ਯਾਨੀ ਕਿ ਬਸੋਆ ਵਿਸਾਖੀ ਮਨਾਈ ਜਾਂਦੀ ਹੈ। ਅਗਲੇ 2 ਸਵਾਲ ਦੋਸਤੋ ਇਸ ਵੀਡੀਓ ਬਾਰੇ ਸੀ। 19ਵਾਂ ਸਵਾਲ, ਦੱਸੋ ਜੀ ਇਹ ਵੀਡੀਓ ਕਿਵੇਂ ਲੱਗੀ ਅਤੇ ਅਗਲੀ ਵੀਡੀਓ ਕਿਸ ਚੀਜ਼ ਨਾਲ ਸੰਬੰਧਿਤ ਹੋਵੇ? ਅਤੇ ਅਖੀਰਲਾ ਸਵਾਲ, ਆਪੋ ਆਪਣਾ ਏਰੀਆ, ਆਪੋ ਆਪਣਾ ਇਲਾਕਾ ਜ਼ਰੂਰ ਕਮੈਂਟ ਕਰਿਓ ਜੀ। ਵੀਡੀਓ ਦੇਖਣ ਦੇ ਲਈ ਧੰਨਵਾਦ।